صدق رسوله النبي الكريم. أفضل ذكر یعنی پندرہویں دی رات جی آئے نا
ਸ਼ਬੇ ਬਰਾਤ ਹੈ ਜਿਹੜੀ ਬਖਸ਼ਿਸ਼ੋ ਮਗਫਰਤ ਦੀ ਰਾਤ ਹੈ, ਜਿਹੜੀ ਅੱਜ ਦੀ ਰਾਤ ਹੈ। ਔਰ ਸ਼ਾਬਾਨ ਦੀ 16 ਤਾਰੀਖ ਨੂੰ ਮਸਜਿਦ ਅਕਸਾ ਸ਼ਰੀਫ ਦੀ ਬਜਾਏ ਮਸਜਿਦ ਹਰਾਮ ਦੀ ਤਰਫ ਮੂੰਹ ਕਰਕੇ ਨਮਾਜ਼ ਪੜ੍ਹਨ ਦਾ ਹੁਕਮ ਦਿੱਤਾ ਗਿਆ। ਸ਼ਾਬਾਨ ਸ਼ਰੀਫ ਦੀ 3 ਤਾਰੀਖ ਨੂੰ ਉਮਰ ਮੁਮਿਨੀ ਮੇਰੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਪਿਆਰੀ ਰਫੀਕਾ ਹਯਾਤ ਜਨਾਬ ਹਜ਼ਰਤ ਹਫਸਾ ਰਜ਼ੀਅੱਲਾਹੁ ਤਾਲਾ ਅਨਹਾ ਦਾ ਵਿਸਾਲ ਹੋਇਆ। ਔਰ ਇਸੇ ਮਹੀਨੇ ਦੀ 14 ਤਾਰੀਖ ਨੂੰ ਉਮਰ ਮੁਮਿਨੀ ਹਜ਼ਰਤ ਉਮੇ ਹਬੀਬਾ ਪਾਕ ਦਾ ਰਜ਼ੀਅੱਲਾਹੁ ਤਾਲਾ ਅਨਹਾ ਦਾ ਇੰਤਕਾਲ ਹੋਇਆ। ਔਰ ਇਸੇ ਮਹੀਨੇ ਦੀ 3 ਤਾਰੀਖ ਨੂੰ ਹਜ਼ਰਤ ਸੁਫੀਆਨ ਸੌਰੀ ਰਹਿਮਤੁਲਾਹਿ ਤਾਲਾ ਅਲੈਹ ਦਾ ਇੰਤਕਾਲ ਹੋਇਆ। ਇਸੇ ਮਹੀਨੇ ਦੀ 13 ਤਾਰੀਖ ਨੂੰ ਹਜ਼ਰਤ ਸ਼ਾਹ ਕਮਾਲ ਕੈਥਵੀ ਰਹਿਮਤੁਲਾਹ ਅਲੈਹ ਦਾ ਵਿਸਾਲ ਹੋਇਆ। ਔਰ ਇਸੇ ਮਹੀਨੇ ਦੇ ਅੰਦਰ 3 ਤਾਰੀਖ ਨੂੰ ਹਜ਼ਰਤ ਮੌਲਾਨਾ ਅਬਦੁਲ ਹਕੀਮ ਸਿਆਲਕੋਟੀ ਰਹਿਮਤੁਲਾਹ ਅਲੈਹ ਦਾ ਵਿਸਾਲ ਹੋਇਆ। ਔਰ ਦੀਗਰ ਬਹੁਤ ਸਾਰੇ ਵਾਕਿਆਤ ਹੋਏ। ਇਹ ਉਹ ਪਾਕ ਮਹੀਨੇ ਕਿ ਜਿਸ ਮਹੀਨੇ ਦੀ 15ਵੀਂ ਰਾਤ ਯਾਨੀ 14 ਦਾ ਦਿਨ ਔਰ 15 ਦੀ ਰਾਤ ਜਿਹੜੀ ਹੈ ਨਾ, ਉਸ ਰਾਤ ਨੂੰ ਅੱਲਾਹ ਤਬਾਰਕ ਵਤਾਲਾ ਜੱਲਾ ਮਜਦੂ ਕਰੀਮ ਨੇ ਕੁਰਾਨ ਪਾਕ ਵਿੱਚ ਇਰਸ਼ਾਦ ਫਰਮਾਇਆ, ਫੀਹਾ ਯੁਫਰਕੁ ਕੁੱਲੁ ਅਮਰਿਨ ਹਕੀਮ, ਕਿ ਇਸ ਰਾਤ ਨੂੰ ਹਰ ਹਿਕਮਤ ਵਾਲਾ ਕੰਮ ਜਿਹੜਾ ਹੈ ਉਹ ਵੰਡ ਦਿੱਤਾ ਜਾਂਦਾ ਹੈ। ਔਰ ਫਿਰ ਸਰਕਾਰ ਮਦੀਨਾ ਸੱਲੱਲਾਹੁ ਤਾਲਾ ਸੱਲਮ ਨੇ ਇਸ ਮਾਹ ਪਾਕ ਦੀ ਅਜ਼ਮਤ ਔਰ ਸ਼ਾਨ ਨੂੰ ਬਿਆਨ ਫਰਮਾਇਆ, ਫਰਮਾਇਆ ਕਿ ਸ਼ਾਬਾਨ ਸ਼ਾਹਰੀ ਵਾ ਰਮਦਾਨ ਸ਼ਾਹੁੱਲਾ। ਅੱਲਾਹ ਦੇ ਮਹਬੂਬ ਅਲੈਹਿਸ ਸਲਾਮ ਨੇ ਇਰਸ਼ਾਦ ਫਰਮਾਇਆ ਕਿ ਸ਼ਾਬਾਨ ਮੇਰਾ ਮਹੀਨਾ ਹੈ ਔਰ ਰਮਦਾਨ ਅੱਲਾਹ ਤਾਲਾ ਦਾ ਮਹੀਨਾ ਹੈ। ਸੁਭਾਨ ਅੱਲਾਹ, ਫਰਮਾਇਆ ਕਿ ਸ਼ਾਬਾਨ ਮੇਰਾ ਮਹੀਨਾ ਹੈ ਔਰ ਰਮਜ਼ਾਨ ਅੱਲਾਹ ਤਾਲਾ ਦਾ ਮਹੀਨਾ ਹੈ। ਅੰਮਾ ਆਇਸ਼ਾ ਸਿੱਦੀਕਾ ਰਜ਼ੀ ਅੱਲਾਹੁ ਤਾਲਾ ਅਨਹਾ ਫਰਮਾਉਂਦੀਆਂ ਨੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਸਾਰੇ ਮਹੀਨਿਆਂ ਤੋਂ ਜ਼ਿਆਦਾ ਪਿਆਰਾ ਇਹ ਮਹੀਨਾ ਸ਼ਾਬਾਨ ਸ਼ਰੀਫ ਦਾ ਹੈ ਸੀ। ਔਰ ਸੈਯਦਨਾ ਸ਼ੇਖ ਅਬਦੁਲ ਕਾਦਰ ਜੀਲਾਨੀ ਗੇਲਾਨੀ ਸ਼ਾਹਬਾਜ਼ ਲਾ ਮਕਾਨੀ ਮਹਬੂਬੇ ਸੁਬਹਾਨੀ ਰਹਿਮਤੁਲਾਹਿ ਤਾਲਾ ਅਲੈਹ ਆਪ ਫਰਮਾਉਂਦੇ ਨੇ ਕਿ ਸ਼ਾਬਾਨ ਦੇ 5 ਹਰਫ ਨੇ, ਇਹਨਾਂ ਦਾ ਮਫਹੂਮ ਕੁਛ ਇਸ ਤਰ੍ਹਾਂ ਹੈ ਵੇ। ਫਰਮਾਇਆ ਕਿ ਸ਼ੀਨ ਤੋਂ ਮੁਰਾਦ ਸ਼ਰਫ ਹੈ, ਯਾਨੀ ਬੰਦਿਆਂ ਨੂੰ ਅੱਲਾਹ ਤਾਲਾ ਦੀ ਬਾਰਗਾਹ ਦੇ ਵਿੱਚ ਸ਼ਰਫ ਹੋਣਾ। ਸ਼ੀਨ ਤੋਂ ਮੁਰਾਦ ਕਿ ਸ਼ਰਫ ਯਾਨੀ ਜਿਹੜੇ ਅੱਲਾਹ ਤਾਲਾ ਦੇ ਬੰਦੇ ਨੇ ਅੱਲਾਹ ਤਾਲਾ ਦੀ ਬਾਰਗਾਹ ਤੋਂ ਸ਼ਰਫ ਹੁੰਦੇ ਨੇ। ਔਰ ਫਰਮਾਇਆ ਐਨ ਤੋਂ ਮੁਰਾਦ ਇਲਮ ਹੈ, ਯਾਨੀ ਅੱਲਾਹ ਤਾਲਾ ਆਪਣੇ ਬੰਦਿਆਂ ਦੇ ਮਰਤਬੇ ਬੁਲੰਦ ਫਰਮਾਉਂਦਾ ਹੈ। ਔਰ ਫਰਮਾਇਆ ਕਿ ਬੇਦ ਮੁਰਾਦ ਹੈ, ਇਸ ਦੇ ਅੰਦਰ ਮੁਰਾਦ ਭਲਾਈ ਹੈ, ਯਾਨੀ ਉਸਦੀ ਇਬਾਦਤ ਦੇ ਨਾਲ ਭਲਾਈ ਹਾਸਲ ਹੁੰਦੀ ਹੈ। ਫਰਮਾਇਆ ਅਲਿਫ ਤੋਂ ਮੁਰਾਦ ਉਲਫਤ ਹੈ, ਯਾਨੀ ਇਸ ਮਾਹ ਦੇ ਅੰਦਰ ਇਬਾਦਤ ਕਰਨ ਵਾਲੇ ਜਿਹੜੇ ਨੇ ਅੱਲਾਹ ਤਾਲਾ ਦੀ ਮੁਹੱਬਤ ਅਤੇ ਉਲਫਤ ਪਾਉਂਦੇ ਨੇ। ਔਰ ਫਰਮਾਇਆ ਨੂਰ ਤੋਂ ਮੁਰਾਦ ਨੂਰ ਹੈ, ਯਾਨੀ ਇਸ ਮਾਹ ਪਾਕ ਦੀ ਫਜ਼ੀਲਤ ਹਾਸਲ ਕਰਨ ਵਾਲੇ ਨੂਰਾਨੀਅਤ ਹਾਸਲ ਕਰਨ। ਇਹ ਹਜ਼ਰਤ ਗੌਸੇ ਪਾਕ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ। ਔਰ ਫਿਰ ਸ਼ਾਬਾਨ ਸ਼ਰੀਫ ਇਤਨਾ ਪਿਆਰਾ ਮਹੀਨਾ ਹੈ ਕਿ ਜਿਸ ਮਾਹ ਪਾਕ ਦੇ ਅੰਦਰ ਫਰਮਾਇਆ ਹਜ਼ਰਤ ਅਨਸ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਕੋਲੋਂ ਰਵਾਇਤ ਮੌਜੂਦ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਦਰਿਆਫਤ ਕੀਤਾ ਗਿਆ ਕਿ ਰਮਜ਼ਾਨ ਸ਼ਰੀਫ ਦੇ ਬਾਅਦ ਕਿਹੜਾ ਮਹੀਨਾ ਹੈ ਕਿ ਜਿਹਦੇ ਰੋਜ਼ੇ ਰੱਖਣੇ ਅਫਜ਼ਲ ਨੇ। ਤੋ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸ਼ਾਬਾਨ ਸ਼ਰੀਫ ਦਾ ਮਹੀਨਾ ਹੈ, ਔਰ ਸ਼ਾਬਾਨ ਸ਼ਰੀਫ ਜਿਹੜਾ ਹੈ ਉਸਦੇ ਅੰਦਰ ਖੈਰ ਕਸੀਬ ਦਾ ਮਹੀਨਾ ਹੈ, ਸ਼ਰਫ ਦਾ ਮਹੀਨਾ ਹੈ, ਔਰ ਬੇਸ਼ੁਮਾਰ ਇਸਦੇ ਅੰਦਰ ਭਲਾਈਆਂ ਨੇ, ਬਰਕਤਾਂ ਨੇ। ਅੱਲਾਹ ਦੇ ਮਹਬੂਬ ਅਲੈਹਿਸਸਲਾਮ ਨੇ ਇਸ ਨੂੰ ਆਪਣਾ ਮਹੀਨਾ ਕਿਹਾ ਹੈ। ਔਰ ਫਿਰ ਇਸ ਮਾਹ ਪਾਕ ਦੀ ਅੱਜ ਦੀ ਜਿਹੜੀ ਹੈ ਨਾ ਰਾਤ, ਉਸਦੀ ਬੜੀ ਹੀ ਫਜ਼ੀਲਤ ਹੈ, ਹਰ ਹਿਕਮਤ ਵਾਲਾ ਕੰਮ ਜਿਹੜਾ ਹੈ ਉਹ ਵੰਡ ਦਿੱਤਾ ਜਾਂਦਾ ਹੈ। ਮੁਫਸਰੀਨ ਕਰਾਮ ਫਰਮਾਉਂਦੇ ਨੇ ਕਿ ਸ਼ਬੇ ਕਦਰ ਔਰ ਸ਼ਬੇ ਬਰਾਤ, ਇਹ ਬਾਜ਼ ਮੁਫਸਰੀਨ ਕਰਾਮ ਕਹਿੰਦੇ ਨੇ ਕਿ ਕੁਰਾਨ ਜਿਹੜਾ ਵੇ ਉਹ ਸ਼ਬੇ ਕਦਰ ਦੀ ਰਾਤ, ਸ਼ਬੇ ਕਦਰ ਦੀ ਰਾਤ ਨੂੰ ਨਾਜ਼ਿਲ ਹੋਇਆ, ਔਰ ਬਾਜ਼ ਕਹਿੰਦੇ ਨੇ ਕਿ ਸ਼ਬੇ ਬਰਾਤ ਦੀ ਰਾਤ ਨੂੰ ਨਾਜ਼ਿਲ ਹੋਇਆ। ਲੇਕਿਨ ਫਿਰ ਜ਼ਿਆਦਾ
علماء اکرام اور مفسرین اکرام اس بات اُتے متفق نے کہ وہ رات جڑی سی نا وہ لیلۃ القدر یعنی شب قدر کی رات سی جس رات میں قرآن آیا، لیکن شب برات جڑی ہے اس کی بھی بہت زیادہ فضیلت ہے اور اس رات کو ہر شخص کا رزق جڑا ہے وہ لکھ دیتا جاتا ہے اور اس سال اس قدر اس کو رزق دیتا جائے گا اور اس قدر استعمال کرے گا، اور یہ بھی لکھ دیتا جاتا ہے کہ فلاں شخص جڑا ہے نا اس سال جڑا ہے وہ فوت ہوئے گا، اور پھر فہرستیں تیار کی جاتی ہیں۔ اللہ اکبر کبیرہ، نبی کریم صلی اللہ علیہ وسلم اس ماہ پاک دے بہت زیادہ سرکار روزے رکھتے سن، حتیٰ کہ سرکار دو عالم صلی اللہ علیہ وسلم اس ماہ پاک دے روزے رکھ کے پھر اگلے ماہ پاک دے نال یعنی رمضان دے نال ملا دیتے سن، اور اللہ دے محبوب نے اس کو اپنا مہینہ آکھیا۔ کی آکھیا جی؟ اپنا مہینہ۔ فرمایا کہ شعبان میرا مہینہ اور رمضان اللہ تعالیٰ دا مہینہ ہے، تو نبی کریم صلی اللہ علیہ وسلم نے اس ماہ پاک نال پیار کیتا اور سرکار اس چیز نال پیار فرما لین تو کتنی چیز مبارک ہو جاتی ہے۔ اللہ اکبر۔ اللہ دے محبوب علیہ الصلوۃ والسلام مکہ شہر کے اندر سرکار تشریف فرما نے، حضور صلی اللہ علیہ وسلم مکہ شہر کے اندر چلتے ہیں تو خالق قرآن نازل کرتا ہے، فرمایا لا اقسم بهذا البلد، فرمایا سنیا میں مکہ شہر کی قسم۔ کیڑی قسم اٹھائی؟ مکہ شہر کی قسم۔ اور علماء کہتے ہیں کہ اللہ تعالیٰ نے اس وجہ کے نال قسم نہیں اٹھائی کہ اس مقام پہ حدیم ہے وے، رکن یمانی ہے وے، یا حجر اسود ہے وے، یا مقام ابراہیم ہے وے، نظاب رحمت ہے وے، یا کہ اس جگہ کے اتنے صفا تے مروہ ہے وے، یا اس مقام کے اتنے آب زمزم کا کنواں ہے وے، یا اس مقام کے اتنے اللہ تبارک و تعالیٰ کا گھر ہے، اس وجہ کے نال قسم نہیں اٹھائی، بلکہ فرمایا وأنت حل بهذا البلد۔ اے پیارے حبیب صلی اللہ تعالی وسلم، میں قسم اس واسطے پیا اٹھاؤں وا کہ اس جگہ دے اوتے تو وسنا اے، تو میرے بھائیو سرکار اس شہر دے اندر تشریف فرما ہو، اللہ اس شہر دی قسمہ بھاریا وے کہ کلام مجید نے کھائی شاہ تیرے شہر و کلام و بقا کی قسم، کہ کلام مجید نے کھائی شاہ تیرے شہر شہر و کلام و بقا کی قسم۔ تو معلوم ہویا کہ اللہ اس شہر کی قسم اٹھاتا ہے جتھے محبوب علیہ السلام تشریف فرما نے، اور پھر فرمایا پتی قسمہ
اور پھر سرکار دو عالم صلی اللہ علیہ وسلم کے نال چونکہ شعبان کی نسبت ہوگی، حضور نے فرما دیتا شعبان میرا مہینہ ہے، شعبان شریف کی نسبت ہو گئی ہے کہ جس جس شہر کی نسبت یار ہو جائے نا وہ پھر عام نہیں رہتی۔ قرآن کہتا ہے یا نساء النبی لستن کاحد من النساء، اے عورتوں تسی ہن عام نہیں رہی ہو، پاویں جناب خدیجہ الکبریٰ رضی اللہ تعالی عنہ آپ پہلا تاجر سن مکے دے اندر، آپ پہلا نبی کریم صلی اللہ علیہ وسلم دے نکاح دے وچ آن تو پہلا اور دو اشخاص دے نال آپ دا نکاح ہو چکیا سی، آپ جناب نبی کریم صلی اللہ علیہ وسلم دے نال عقد کیتا تے پھر عام نہیں رہ گیا، بلکہ قرآن کہندا ہے اے عائشہ تو ہن عام نہیں رہ گئی، اے حفصہ تو ہن عام نہیں رہ گئی، اے ام حبیبہ تسی ہن عام نہیں رہ گئی، اے میرے نبی دی ساری بیویو تسی عام نہیں رہی، بلکہ فرمایا یا نساء النبی لستن کاحد من النساء، جسم دے نال لگ چکی ہے، تسی میرے نبی دے عقد دے وچ آ گئی ہو، لہذا تہاڈا ہن جڑا نا تہاڈی شخصیت عام نہیں ہے۔ تو میرے بھائیو جے مکے دی نسبت حضور نال ہو جائے مکہ عظمت والا بن جاندا ہے، میرے بھائیو جے تیر تے زیتون دا تیل محبوب سر دے اوپر لگا لین تے پھر زیتون تے تیر دے تیل دی جناب والا اللہ قسمہ اٹھاؤں ہے کہ محبوب نال نسبت ہو کے زیتون دا تیل بھی اعلیٰ بن جاندا ہے، تے جے محبوب دیا بیویاں محبوب نال لگ جان نا تے پھر وہ بھی اعلیٰ ہو جاندیاں نے۔ تے ذرا غور کرو خواجہ شعبان دے مہینے نوں کملی والا اپنا نسبت والے لوگ ہاں، تو نسبت والے دے بارے اللہ اکبر علماء نے لکھا ہے او مچھلی کہ جڑی یونس علیہ السلام جنہیں اپنے پیٹ چ رکھیا، کیڑی مچھلی اپنی پیٹ سوار ہوئے نے سواری فرمائی ہوئے ہوتے تو علماء نے لکھیا وہ بھی جنت جائے گا، فرمایا وہ بلبل جہدے حضرت علی پاک سوار ہوئے وہ بھی جنت جائے گا، فرمایا وہ چونٹی جدی نسبت سلیمان علیہ السلام کے نال ہو گئی وہ بھی جنت جائے گی، حضرت امام غزالی رحمتہ اللہ علیہ لکھتے ہیں وہ خود جڑا ملکہ بلقیس ول سنا لے کے گیا سی، فرمایا وہ بھی جنتی جس دمبے کو حضرت ابراہیم علیہ السلام نے ذبح فرمایا سی وہ بھی جنتی، فرمایا جڑا کتا اصحاب کافر نال لگ گیا وہ بھی جنتی ہو گیا۔ اسی نسبت والے اسی بے نسبت، قرآن کا واقعہ پڑھو، حالانکہ ویسے اسی کتے کا نام لیے لوگ کہتے ہیں کتا نجس ہے نا پاک ہے وہ تو نام ہی نہ لو، لیکن قرآن کی ایت ہی کھڑی ہے خالق کائنات نے ارشاد فرمایا قرآن پڑھ لو، قرآن پاک موجود
ਫਰਮਾਇਆ ਕਿ ਉਹਨਾਂ ਦਾ ਕੁੱਤਾ ਉਹਨਾਂ ਦੀ ਬਾਹਰ ਦੇ ਸਾਹਮਣੇ ਆਪਣੀਆਂ ਕਲਾਈਆਂ ਫੜਾ ਕੇ ਖਲੋਤਾ ਹੈ। ਮਾਲੂਮ ਕੀ ਹੋਇਆ ਕਿ ਜਿਹਦੀ ਨਿਸਬਤ ਹਜ਼ੂਰ ਨਾਲ ਹੋ ਜਾਏ, ਸਰਕਾਰ ਦੇ ਨਾਲ ਨਿਸਬਤ ਹੋ ਜਾਏ, ਉਹ ਜਾਨਵਰ ਵੀ ਜੰਨਤ ਤੇ ਤੁਰ ਜਾਏ। ਤਾਂ ਭਾਈਓ ਅਸੀਂ ਤੇ ਹਜ਼ੂਰ ਦੇ ਉਮਤੀ ਹਾਂ, ਅਸੀਂ ਤੇ ਸਰਕਾਰ ਦਾ ਕਲਮਾ ਪੜ੍ਹਨ ਵਾਲੇ ਹਾਂ। ਅਸੀਂ ਤੇ ਦਿਨ ਰਾਤ ਕਹਿੰਦੇ ਆ ਨੂਰੀ ਮਹਿਫਿਲ ਰਾਤ ਹੈ, ਸਰਕਾਰ ਨੇ ਦੁਪਹਿਰ ਵੇਲੇ ਜਿਹੜਾ ਆਰਾਮ ਕਰਦੇ
سرکار حضور نبی کریم صلی اللہ علیہ وسلم کے علاوہ سرکار فرمود سن ام سلیم نبی کریم صلی اللہ علیہ وسلم نے یہ صحابیہ کر دیا نے میں وہ بھاگا والی مائی ہوں قبری والے اور اس میں پاک نے کیا برکتا اج
काशी के अंदर नूरी महफिल पे चादर टंगी ਆਪਣੇ ਸਮਝ ਛੜੀ ਤੇ ਕਰੀਬ ਅੰਗੂਰਾਂ ਦਾ ਦਰਖਤ ਲੱਗਿਆ।
ਬੰਦਿਆਂ ਕਹਿੰਦੀ ਹੈ ਕਿ ਅਸੀਂ ਅਗਰ ਇਸ ਕੰਮ ਤੋਂ ਨਿਕਲ ਗਏ ਤੇ ਪਤਾ ਨਹੀਂ ਸਾਡਾ ਰਿਜ਼ਕ ਬੰਦ ਹੋ ਜਾਣਾ ਔਰ ਯਾਰ ਜਿਹੜਾ ਉਸ ਬਾਬੇ ਨੂੰ ਪੱਥਰ ਵਿੱਚ ਰਿਜ਼ਕ ਪਿਆ ਦਿੰਦਾ ਉਹ ਬਲਾ ਮੁਹੰਮਦ ਉਮਦੀ ਨੂੰ ਨਹੀਂ ਦੇਵੇਗਾ ਜੇ ਈਸਾ ਅਲੈਹਿਸ ਸਲਾਮ ਦੀ ਉਮਦੀ ਨੂੰ ਦੇ ਸਕਦਾ ਹੈ ਕਿ ਉਹ ਕਾਇਨਾਤ ਦਾ ਮਾਲਿਕ ਮੁਖਤਾਰ ਹਜ਼ੂਰ ਦੀ ਉਮਤ ਤੇ ਬੜੇ ਹੀ ਕਰਮ ਹੈ ਨਾ ਮੇਰੇ ਭਾਈਓ ਉਹ ਬਾਬੇ ਦੇ ਹੱਥ ਮੈਂ ਸਭ ਸ਼ਰੀਫ ਔਰ ਨਾਲ ਅੰਗੂਰਾਂ ਦਾ ਦਰਖਤ ਲੱਗਿਆ ਕਹਿਣ ਲੱਗਿਆ ਮੇਰੇ ਰੋਜ਼ਾਨਾ ਦੀ ਖੁਰਾਕ ਹੈ ਇਹ ਮੇਰੀ ਰੋਜ਼ਾਨਾ ਦੀ ਹੈ ਆ ਬਾਬਾ ਦਾ ਇੱਕ ਪਲ ਬਾੜ ਲਿਆ ਤੇ ਕਿੰਨਾ ਬਿੱਲ ਹੁੰਦਾ ਇਲਾ ਮਾਸ਼ਾਅੱਲਾ ਇਮਰਾਨ ਖਾਨ ਦੇ ਦੌਰ 'ਚ ਬਿੱਲ ਪੂਰਿਆ ਕਰਦੇ ਇਹਦੀ ਬਹੁਤ ਹੋ ਜਾਣਾ ਮੈਂ ਸਾਹਮਣੇ ਹੋ ਗਿਆ ਹਾਂਜੀ ਤੇ ਬਚਣੀ ਇਸ ਵੇਲੇ ਜ਼ਬਾਨਾਂ ਦਾ ਹੀ ਉਹ ਉੱਚੀ ਸਾਰੀ ਗੱਲ ਹੈ ਚੰਗੇ ਹੋ ਗਿਆ ਯੂਸਫ ਦੇ ਉਮਤੀਆਂ ਤੋਂ ਚੰਗੇ ਹੋ ਗਿਆ ਲੂਤ